ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕਨਵੀਰ ਇਹ ਅੱਜ ਅਸੀਂ ਨੇ ਹਨਾ ਇਹਦਾ ਦੰਦ ਤੋੜਤਾ। ਦੰਦ ਤੋੜ ਦਿਖਾਈ ਦੇਖੀ ਕਿਨੇ ਕਿਨੇ ਚੂਹੇ ਨੇ ਖਾ ਲਿਆ। ਉਹ ਤੈਨੂੰ ਸਾਰਾ ਮੂੰਹ ਚਨਾ ਪਾਣਾ। ਅੱਜ ਤੈਨੂੰ ਛੁੱਟੀ ਆ। ਤੇਰਾ ਅੱਜ ਕਿਆ ਦਿਲ ਕਿਹੜੀ ਚੀਜ਼ ਖਾਣ, ਤੇਰਾ ਦਿਲ ਕਿਆ ਚੀਜ਼ ਖਾਣੇ ਨੂੰ ਕਰਦਾ ਅੱਜ? ਟਿੱਕੀ ਟਿੱਕੀ ਖਾਣ ਨੂੰ ਜੀ ਕਰਦਾ ਤੇਰਾ? ਅੱਜ ਟਿੱਕੀ ਖਾਣ ਸੋਚੂ ਜੀ ਕਰਦਾ ਤੇਰਾ? ਤੈਨੂੰ ਟਿੱਕੀ ਬਣਾ ਕੇ ਦੇਈਏ ਫਿਰ ਅੱਜ? ਤੇਰਾ ਵੀ ਜੋਤ ਮੈਨੂੰ ਵੀ ਟਿੱਕੀ ਖਾਣ। ਮੈਂ ਪਤਾ ਕਿੰਨੀਆਂ ਟਿੱਕੀਆਂ ਖਾਣੀਆਂ? ਹਾਂ 10 10 ਟਿੱਕੀਆਂ ਖਾਣੀਆਂ ਤੈਂ? ਕਹਿੰਦੇ ਪਰ ਯਾਰ 50 ਟਿੱਕੀਆਂ ਤੈਂ 50 ਟਿੱਕੀਆਂ ਖਾਣੀਆਂ? ਉਹ 50 ਤਾਂ ਖਾ ਵੀ ਨਹੀਂ ਹੋਣੀਆਂ, 50 ਤਾਂ 50 ਨੂੰ ਤਾਂ ਰਾਤ ਹੋ ਜਣੀ। ਚਲੋ ਠੀਕ ਆ, ਤੂੰ ਇੱਕ ਵਾਰ ਨਾ ਸਿੱਧੂ ਮੂਸੇ ਵਾਲਾ ਗਾਣਾ ਸੁਣਾ ਦੇ ਫਿਰ ਇੱਕ ਵਾਰੀ। ਨਹੀਂ ਆਉਂਦਾ ਨਹੀਂ ਹੁਣ? ਕੋਈ ਹੋਰ, ਚਲ ਹੋਰ ਸੁਣਾ ਦੇ ਚੱਲ। ਗੱਟੀਆਂ ਤੇਰੀ ਮਚਮਕਾਏ ਪਏ ਨੇ, ਕੋ ਤਨੂੰ ਪਰ ਪਲੇਟਾਂ ਤੇ ਲਿਖਾਏ ਪਏ ਨੇ। ਉੱਚੀ ਗੱਲ ਥੋੜਾ ਜਾ। ਸ਼ੀਸ਼ਾ ਤੇ ਸੌਂਗ ਨਾ ਲਵਾਈਏ ਫਿਲਮ, ਇਹ ਮਾਮੇ ਮਾਮੇ ਚੱਕਰਾਂ ਚ ਪਾਏ ਹੋਏ ਨੇ। ਵੈਰੀ ਗੁੱਡ, ਤੂੰ ਕਹਿੰਦੇ ਤੂੰ ਵੀ ਸੁਣਾ ਦੇ ਕੋਈ। ਆਉਂਦਾ ਨਹੀਂ ਹੈ ਤੈਨੂੰ? ਮੈਂ ਪੂਰਾ ਸੁਣਾਉਣਾ। ਨਹੀਂ ਪੂਰਾ ਨਹੀਂ ਸੁਣਾਉਣਾ, ਇਹ ਲਿਰਿਕਸ ਚੋਰੀ ਹੋ ਜਾਂਦੇ। ਪਰ ਜਿਹੜਾ ਤੈਂ ਆਪਣਾ ਆਪ ਦਾ ਗਾਣਾ ਲਿਖਿਆ ਆਪਣੇ ਕੋਲੇ ਰੱਖ ਫਿਰ, ਠੀਕ ਹੈ? ਤੇ ਕਹਿੰਦੇ ਹੁਣ ਤੈਨੂੰ ਟਿੱਕੀ ਲਿਆ ਕੇ ਦੇਵਾਂ ਫਿਰ? ਪਹਿਲਾਂ ਟਿੱਕੀ ਬਣਾਉਣੀ ਪੈਣੀ ਹੈ, ਠੀਕ ਹੈ? ਪਹਿਲਾਂ ਮੈਂ ਟਿੱਕੀ ਬਣਾਉਂਗਾ, ਦੇਖ ਮੇਰੀ ਗੱਲ ਸੁਣ। ਦੇਖੋ ਪਹਿਲਾਂ ਸਾਨੂੰ ਟਿੱਕੀ ਬਣਾਉਣੀ ਪੈਣੀ, ਜੇ ਤਾਂ ਤੂੰ ਸਾਊ ਬੱਚਾ ਬਣ ਕੇ ਬੈਠਾ ਰਹੂੰਗਾ ਫਿਰ ਤਾਂ ਮੈਂ ਤੈਨੂੰ ਟਿੱਕੀ ਬਣਾ ਕੇ ਦਊਂਗਾ, ਠੀਕ ਹੈ? ਕਿੱਦਾਂ ਟਿੱਕੀ ਕਿੱਦਾਂ ਖਾਂਦੇ ਮੈਨੂੰ ਵੀ ਦੱਸ ਦੇ ਇੱਕ ਵਾਰੀ। ਆਇਆ ਖਾਂਦੇ ਹੁੰਦੇ ਟਿੱਕੀ? ਹਾਏ ਕਨਵਰ ਮੇਰੀ ਗੱਲ ਸੁਣ ਲੈ, ਜੇ ਤਾਂ ਤੂੰ ਸਾਊ ਬੱਚਾ ਬਣ ਕੇ ਬੈਠੂਗਾ, ਠੀਕ ਹੈ? ਮੈਨੂੰ ਪਤਾ ਵੀ ਜਦੋਂ ਮੈਂ ਹੁਣ ਟਿੱਕੀ ਬਣਾਉਣੀ ਸ਼ੁਰੂ ਕਰ ਲੈਣੀ, ਇਹਨੇ ਕਰਨਾ ਪੂਰਾ ਖੜਦਾ ਮੰਡਣਾ। ਤੇ ਇਹਨੂੰ ਮੈਂ ਹੁਣ ਸਮਝਾਉਂਦਾ, ਸ਼ਾਂਤ ਹੋ ਕੇ ਬੈਠੇ, ਠੀਕ ਹੈ? ਸ਼ਾਂਤ ਹੋ ਕੇ ਬੈਠੂਗਾ ਨਾ? ਚਲੋ ਠੀਕ ਹੈ, ਮੈਂ ਤੁਹਾਨੂੰ ਟਿੱਕੀ ਅਤੇ ਅੱਜ ਮੈਂ ਤੁਹਾਨੂੰ ਆਪਣੇ ਘਰ ਦੇ ਵਿੱਚ ਟਿੱਕੀ ਕਿਸ ਤਰ੍ਹਾਂ ਬਣਾਈ ਜਾਂਦੀ ਬੱਚਿਆਂ ਵਾਸਤੇ, ਇੱਕ ਸੌਖੇ ਜਿਹੇ ਤਰੀਕੇ ਨਾਲ, ਠੀਕ ਹੈ? ਤੁਸੀਂ ਵੀ ਹੁਣ ਬਾਅਦ 'ਚ ਕਰਿਓ ਅਤੇ ਆਪਣੇ ਬੱਚਿਆਂ ਨੂੰ ਉਹ ਟਿੱਕੀ ਬਣਾ ਕੇ ਖਿਲਾਓ, ਅਤੇ ਬਾਜ਼ਾਰ 'ਚ ਖਾਣੇ ਨਾਲੋਂ ਅਤੇ ਆਪਣੇ ਘਰ ਵਿੱਚ ਸ਼ੁੱਧ ਤਰੀਕੇ ਨਾਲ ਟਿੱਕੀ ਬਣਾਓ, ਠੀਕ ਹੈ ਕਰਨਵੀਰ? ਹਾਂ ਚਲੋ ਜੀ, ਕਰਦੇ ਹਾਂ ਸ਼ੁਰੂ ਫਿਰ ਆਪਾਂ। ਆਪਾਂ ਆਪਣੇ ਘਰ ਦੇ ਵਿੱਚ ਟਿੱਕੀ ਕਿਸ ਤਰ੍ਹਾਂ ਬਣਾਉਂਗੇ? ਚੱਲ ਤੂੰ ਕਹਿੰਦੇ ਇੱਕ ਵਾਰ ਇੱਦਾਂ। ਚਲੋ ਜੀ ਕਰਦੇ ਹਾਂ ਸ਼ੁਰੂ। ਕਰਦੇ ਸ਼ੁਰੂ। ਘਰ ਦੇ ਵਿੱਚ ਟਿੱਕੀ ਕਿਸ ਤਰ੍ਹਾਂ ਬਣਾਉਂਗੇ? ਕੀ ਕਿਸ ਤਰ੍ਹਾਂ ਬਣਾਉਂਗੇ ਘਰ ਦੇ ਵਿੱਚ? ਘਰ ਦੇ ਵਿੱਚ ਕੀ ਕਿਸ ਤਰ੍ਹਾਂ ਬਣਾਉਂਗੇ? ਕਿਸ ਤਰ੍ਹਾਂ ਬਣਾਉਂਗੇ? ਚੱਲਿਏ ਜੀ। ਓ ਟਿੱਕੀ ਬਣਾਉਣ ਵਾਸਤੇ ਮੈਂ ਆਲੂ ਲੱਤੇ ਨੇ, ਠੀਕ ਹੈ ਜੀ? ਇਹਨਾਂ ਨੂੰ ਪਾਣੀ 'ਚ ਪਾ ਕੇ ਆਪਾਂ ਉਬਾਲ ਲਵਾਂਗੇ। ਮੈਂ ਇੱਕ ਪਤੀਲੇ 'ਚ ਪਾ ਕੇ ਇਹਨਾਂ ਨੂੰ ਉਬਾਲੀ ਦਵਾ ਲਈ, ਇਹ ਐਨ ਚੰਗੀ ਤਰ੍ਹਾਂ ਉਬਲ ਚੁੱਕੇ ਨੇ ਅਤੇ ਹੁਣ ਮੈਂ ਇਹਨਾਂ 'ਚ ਗੈਸ ਕਰ ਦੂੰਗਾ ਬੰਦ। ਉਸ ਤੋਂ ਬਾਅਦ ਪਹਿਣੇ ਦਾ ਪਾਣੀ ਕੱਢ ਕੇ ਇਹਨਾਂ ਨੂੰ ਛਿੱਲ ਲਵਾਂਗੇ। ਆ ਤੁਸੀਂ ਦੇਖ ਸਕਦੇ ਹੋ ਆਲੂ ਮੈਂ ਛਿੱਲ ਲਏ ਨੇ ਅਤੇ ਇਹਨਾਂ ਨੂੰ ਆਪਾਂ ਕੱਦੂਕਸ ਕਰਾਂਗੇ। ਇੱਕ ਗੱਲ ਦੀ ਗੌਰ ਕਰਨੀ, ਤੁਸੀਂ ਇਹਨਾਂ ਨੂੰ ਹੱਥਾਂ ਨਾਲ ਨਹੀਂ ਭੰਨਣਾ ਹੈਗਾ, ਇਹਨਾਂ ਨੂੰ ਸਿਰਫ ਕੱਦੂਕਸ ਕਰਨਾ। ਇਸ ਤਰ੍ਹਾਂ ਦੇਖੋ, ਮੈਂ ਇਹਨੂੰ ਕੱਦੂਕਸ ਕਰਨ ਲੱਗਿਆ ਹਾਂ, ਇਹਨੂੰ ਕੱਦੂਕਸ ਕਰਨਾ ਤੁਸੀਂ। ਗੌਰ ਕਰਨੀ, ਇਹਨਾਂ ਨੂੰ ਭੰਨਣਾ ਨਹੀਂ ਹੱਥ ਨਾਲ, ਤੁਸੀਂ ਸਿਰਫ ਕੱਦੂਕਸ ਕਰਨਾ। ਜੇ ਮੈਨੂੰ ਸੌਖੇ ਤਰੀਕੇ ਨਾਲ ਟਿੱਕੀ ਬਣਾਉਣੀ, ਉਸ ਤੋਂ ਬਾਅਦ ਤੁਹਾਨੂੰ ਮੈਂ ਇੱਕ ਚੀਜ਼ ਦੱਸਣਾ ਚਾਹੁੰਦਾ। ਆ ਤੁਸੀਂ ਦੇਖ ਸਕਦੇ ਹੋ, ਹਰੀ ਮਿਰਚਾਂ ਅਦਰਕ ਇਹਨਾਂ ਨੂੰ ਮੈਂ ਕੁੱਟ ਲਿਆ ਸੀ, ਬਰੀਕ ਕਰ ਲਿਆ ਸੀ। ਬੱਚਿਆਂ ਵਾਸਤੇ ਬਣਾਉਣਾ ਤੁਸੀਂ ਹਰੀ ਮਿਰਚ ਘੱਟ ਯੂਜ ਕਰਿਓ, ਜੇ ਵੱਡਿਆਂ ਵਾਸਤੇ ਤੁਸੀਂ ਹਰੀ ਮਿਰਚ ਜ਼ਿਆਦਾ ਪਾ ਸਕਦੇ ਹੋ ਇਸ ਦੇ ਵਿੱਚ। ਅਤੇ ਮੈਂ ਥੋੜ੍ਹਾ ਜਿਹਾ ਇਸ ਦੇ ਵਿੱਚ ਇਹ ਹਰੀ ਮਿਰਚ ਅਤੇ ਅਦਰਕ ਦਾ ਮੈਂ ਪੇਸਟ ਬਣਾਇਆ ਹੋਇਆ ਸੀ, ਇਹ ਆਪਾਂ ਇਸ ਦੇ ਵਿੱਚ ਪਾ ਦੇਵਾਂਗੇ। ਉਸ ਤੋਂ ਬਾਅਦ ਇਸ ਦੇ ਵਿੱਚ ਮੈਂ ਅੱਧਾ ਕੁ ਚਮਚਾ ਨਮਕ ਦਾ ਪਾ ਦੂੰਗਾ। ਮੈਂ ਸੁਣਿਆ ਹੱਥ ਨਾਲ ਮਿਕਸ ਕਰਨਾ ਫਿਰ ਐਨ, ਤੁਸੀਂ ਜਿਸ ਤਰ੍ਹਾਂ ਆਟਾ ਹੁੰਦਾ ਨਾ ਉਸ ਤਰ੍ਹਾਂ ਇਸ ਨੂੰ ਗੁੰਨਣਾ। ਹੋਰ ਆਪਾਂ ਨੇ ਇਸ ਦੇ ਵਿੱਚ ਕੁਝ ਨਹੀਂ ਪਾਉਣਾ ਹੈਗਾ। ਗੌਰ ਕਰਨੀ, ਜਿਸ ਤਰ੍ਹਾਂ ਹੁਣ ਆਪਾਂ ਆਟਾ ਗੁੰਨਦੇ ਹੁੰਦੇ ਉਸ ਤਰ੍ਹਾਂ ਇਸ ਨੂੰ ਗੁੰਨ ਲੈਣਾ ਚੰਗੀ ਤਰ੍ਹਾਂ, ਐਨ ਚੰਗੀ ਤਰ੍ਹਾਂ ਮਿਕਸ ਕਰ ਦੇਣਾ। ਹੱਥ ਚਮਚੇ ਨਾਲ ਮਿਕਸ ਨਹੀਂ ਕਰਨਾ, ਹੱਥ ਨਾਲ ਜਿਸ ਤਰ੍ਹਾਂ ਆਟਾ ਆਪਣਾ ਗੁੰਨਦੇ ਹੁੰਦੇ ਉਸ ਤਰ੍ਹਾਂ ਇਸ ਨੂੰ ਐਨ ਚੰਗੀ ਤਰ੍ਹਾਂ ਮਿਕਸ ਕਰ ਦੇਣਾ। ਆ ਤੁਸੀਂ ਦੇਖ ਸਕਦੇ ਹੋ, ਇਸ ਨੂੰ ਮੈਂ ਚੰਗੀ ਤਰ੍ਹਾਂ ਜਿਸ ਤਰ੍ਹਾਂ ਆਟਾ ਗੁੰਨਦੇ ਉਸ ਤਰ੍ਹਾਂ ਮੈਂ ਗੁੰਨ ਲਿਆ ਸੀ, ਇਹ ਇਸ ਤਰ੍ਹਾਂ ਹੋ ਗਿਆ। ਇਹ ਉਸ ਤੋਂ ਬਾਅਦ ਮੈਂ ਇੱਕ ਆਟੇ ਦੀ ਕੌਲੀ ਲਿੱਤੀ ਹੈ, ਜੋ ਆਪਣੇ ਘਰ ਦੇ ਵਿੱਚ ਆਮ ਆਟਾ ਹੁੰਦਾ ਉਹ ਲਿੱਤਾ ਮੈਂ, ਠੀਕ ਹੈ ਜੀ? ਇਸ ਨੂੰ ਥੋੜ੍ਹਾ ਆਪਣੇ ਹੱਥਾਂ ਨੂੰ ਲਾ ਲਵਾਂਗੇ, ਠੀਕ ਹੈ ਜੀ? ਅਤੇ ਇਸ ਤਰ੍ਹਾਂ ਜਿਸ ਤਰ੍ਹਾਂ ਆਪਣਾ ਪੀੜਾ ਵੱਟਦੇ ਹੋ ਉਸ ਤਰ੍ਹਾਂ ਪੀੜਾ ਵੱਟ ਲੈਣਾ ਆਪਾਂ ਨੇ ਇਸ ਦਾ। ਔਰ ਇਸ ਤਰ੍ਹਾਂ ਥੋੜ੍ਹਾ ਆਟੇ ਨਾਲ ਜਿਸ ਤਰ੍ਹਾਂ ਪੀੜਾ ਵੱਟਦੇ ਉਸ ਤਰ੍ਹਾਂ ਪਲੇਥਣ ਜਿਹਾ ਲਾ ਲੈਣਾ ਆਪਾਂ ਨੇ ਇਸ ਨੂੰ। ਜਿਸ ਤਰ੍ਹਾਂ ਟਿੱਕੀ ਦੀ ਸ਼ੇਪ ਹੁੰਦੀ ਉਸ ਤਰ੍ਹਾਂ ਤੁਸੀਂ ਇਸ ਨੂੰ ਸ਼ੇਪ ਦੇ ਦਿਓ। ਰੱਖ ਲੈਣੇ
ਇਸ ਤਰ੍ਹਾਂ ਤੁਸੀਂ ਟਿੱਕੀ ਬਣਾ ਲੈਣੀ, ਦੂਸਰੀ ਵੀ ਫਿਰ ਇਸੇ ਤਰ੍ਹਾਂ ਬਣਾ ਲੈਣੀ। ਆਹ ਦੇਖੋ ਉਸ ਤਰ੍ਹਾਂ ਹੱਥ ਲਾ ਕੇ ਇਸ ਤਰ੍ਹਾਂ ਪਹਿਲਾਂ ਆਪਣਾ ਪੇੜਾ ਹੁੰਦਾ ਉਸ ਤਰ੍ਹਾਂ ਪੇੜਾ ਬਣਾ ਲੈਣਾ ਇਸਦਾ। ਮੈਂ ਸਾਰੀਆਂ ਟਿੱਕੀਆਂ ਬਣਾ ਲਈਆਂ ਨੇ, ਆਹ ਤੁਸੀਂ ਦੇਖ ਸਕਦੇ ਹੋ। ਉਸ ਤੋਂ ਬਾਅਦ ਇੱਕ ਮੈਂ ਤਵਾ ਲਿੱਤਾ, ਇਹੋ ਜਿਹਾ ਮੈਂ ਤੇਲ ਲਿੱਤਾ, ਇਹ ਸਰ੍ਹੋਂ ਦਾ ਤੇਲ ਹੈ। ਇਸ ਦੀ ਜਗ੍ਹਾ ਤੁਸੀਂ ਰਿਫਾਇੰਡ ਆਇਲ ਵੀ ਲੈ ਸਕਦੇ ਹੋ, ਕੁਕਿੰਗ ਆਇਲ ਵੀ ਲੈ ਸਕਦੇ ਹੋ। ਇਹੋ ਜਿਹਾ ਸਰ੍ਹੋਂ ਦਾ ਤੇਲ ਹੈ, ਕੜਿਆ ਹੋਇਆ ਤੇਲ ਹੈ। ਇਸ ਦੇ ਵਿੱਚ ਆਪਾਂ ਜਦੋਂ ਆਪਣਾ ਤੇਲ ਪੂਰਾ ਗਰਮ ਹੋ ਜੂਗਾ, ਉਸ ਦੇ ਵਿੱਚ ਆਪਾਂ ਇਹ ਟਿੱਕੀਆਂ ਛੱਡ ਦੂੰਗੇ, ਤੇਲ ਮੇਰਾ ਗਰਮ ਹੋ ਚੁੱਕਿਆ। ਇਸ ਦੇ ਵਿੱਚ ਹਲਕੇ ਜਿਹੇ ਤਰ੍ਹਾਂ ਆਪਾਂ ਛੱਡ ਦੇਣੀ, ਆਹ ਦੇਖੋ ਇਸ ਤਰ੍ਹਾਂ। ਬਹੁਤ ਪਾਣੀ ਹੌਲੀ 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 ਛੱਡਣੀ ਇਸ ਦੇ ਵਿੱਚ। ਜਦੋਂ ਆਪਣੀ ਇੱਕ ਸਾਈਡ ਪੱਕ ਜਾਵੇ, ਐਨ ਬਰਾਊਨ ਜੀ ਹੋ ਜਾਵੇ, ਫਿਰ ਆਪਾਂ ਉਹਨਾਂ ਦੀ ਸਾਈਡ ਚੇਂਜ ਕਰ ਦੇਵਾਂਗੇ। ਆਹ ਤੁਸੀਂ ਦੇਖ ਸਕਦੇ ਹੋ ਟਿੱਕੀਆਂ ਮੇਰੀਆਂ ਬਣ ਕੇ ਬਿਲਕੁਲ ਰੇਡੀ ਨੇ। ਇੱਕ ਗੱਲ ਦੀ ਗੌਰ ਕਰਨੀ, ਜਦੋਂ ਵੀ ਤੁਸੀਂ ਉਹਨਾਂ ਦੀ ਪਲਟੀ ਕਰਾਉਣੀ ਹੈ ਤਾਂ ਐਨ ਇਸ ਤਰ੍ਹਾਂ ਬਰਾਊਨ ਹੋਣੀ ਚਾਹੀਦੀ ਹੈ ਆਪਣੀਆਂ। ਜੇ ਤੁਸੀਂ ਕੱਚੀਆਂ ਪਲਟੀ ਕਰ ਦੂੰਗੇ ਤਾਂ ਉਹ ਆਪਣੀਆਂ ਫਟ ਸਕਦੀਆਂ। ਗੌਰ ਕਰਨੀ, ਜਦੋਂ ਐਨ ਇਸ ਤਰ੍ਹਾਂ ਦੀ ਬਰਾਊਨ ਜਿਹੀਆਂ ਹੋ ਜਾਣ ਤਾਂ ਉਹਨਾਂ ਦੀ ਤੁਸੀਂ ਪਲਟੀ ਕਰਾਉਣੀ ਹੈ। ਠੀਕ ਹੈ ਜੀ, ਇਹ ਆਪਣੀਆਂ ਬਣ ਚੁੱਕੀਆਂ ਅਤੇ ਹੁਣ ਮੈਂ ਇਹਨਾਂ ਨੂੰ ਇੱਕ ਪਲੇਟ 'ਚ ਕੱਢ ਲੂੰਗਾ। ਅਤੇ ਦੋ ਮੇਰੇ ਰਹਿ ਗਏ ਸੀ, ਇਹ ਵੀ ਪਾ ਦੂੰਗੇ ਆਪਾਂ ਇਸ ਦੇ ਵਿੱਚ। ਇੱਕ ਗੱਲ ਦੀ ਗੌਰ ਕਰਨੀ, ਤੇਲ ਤੁਹਾਡਾ ਇਹਨਾਂ ਟਿੱਕਿਆਂ ਦੇ ਵਿੱਚ ਡੁੱਬਣੀਆਂ ਚਾਹੀਦੀਆਂ ਨੇ, ਅੱਧੀਆਂ ਟਿੱਕੀਆਂ ਦੇ ਵਿੱਚ ਡੁੱਬਣੀਆਂ ਚਾਹੀਦੀਆਂ, ਵੀ ਹਲਕਾ ਜਿਹਾ ਤੇਲ ਘੱਟ ਨਾ ਹੋਵੇ। ਉਹ ਬੋਲਣਾ ਨਹੀਂ ਕਰਨਾ। ਆਹ ਤੁਸੀਂ ਦੇਖ ਸਕਦੇ ਮੈਂ ਸਾਰੀਆਂ ਟਿੱਕੀਆਂ ਬਣਾ ਲਈਆਂ ਨੇ। ਇਸ ਦੇ ਨਾਲ ਮੈਂ ਥੋੜ੍ਹੀ ਜਿਹੀ ਮੂਲੀ ਕੱਦੂਕਸ ਕਰ ਲਈ ਆ, ਠੀਕ ਹੈ ਜੀ, ਅਤੇ ਥੋੜ੍ਹਾ ਜਿਹਾ ਪਿਆਜ਼ ਕੱਟ ਲਿਆ, ਅਤੇ ਦੋ ਪਲੇਟਾਂ ਲੱਤੀਆਂ ਨੇ। ਇਸ ਦੇ ਵਿੱਚ ਆਪਾਂ ਥੋੜ੍ਹਾ ਜਿਹਾ ਦਹੀਂ ਪਾਉਂਗੇ ਅਤੇ ਨਾਲ ਥੋੜ੍ਹੀ ਜਿਹੀ ਕੈਚਪ ਪਾਉਂਗੇ। ਆਹ ਦੇਖੋ ਮੈਂ ਇਸ ਦੇ ਨਾਲ ਦੋ ਟਿੱਕੀਆਂ ਇਸ ਤਰ੍ਹਾਂ ਪਲੇਟ ਦੇ ਵਿੱਚ ਰੱਖ ਲੈਣੀ ਆਪਾਂ ਨੇ, ਅਤੇ ਥੋੜ੍ਹੀ ਜਿਹੀ ਮੂਲੀ ਰੱਖ ਲੈਣੀ ਹੈ, ਅਤੇ ਥੋੜ੍ਹਾ ਜਿਹਾ ਪਿਆਜ਼ ਰੱਖ ਲੈਣਾ ਸਾਈਡ ਨੂੰ। ਕਰਨਾ ਅਤੇ ਇੱਕ ਜਾਂ ਡੇਢ ਕੁ ਚਮਚਾ ਆਪਾਂ ਨੇ ਦਹੀਂ ਦੇ ਪਾ ਦੇਣਾ ਇਸ ਤਰ੍ਹਾਂ, ਅਤੇ ਇਸ ਦੇ ਨਾਲ ਥੋੜ੍ਹੀ ਜਿਹੀ ਆਪਾਂ ਨੇ ਕੈਚਪ ਪਾ ਦੇਣੀ ਹੈ। ਇਹ ਆਪਣੀ ਟਿੱਕੀ ਦੀ ਪਲੇਟ ਪੂਰੀ ਤਿਆਰ ਹੈ। ਲਓ ਜੀ, ਮੈਂ ਬੜੇ ਔਖੇ ਰੋਕੇ ਹੋਏ ਸੀ ਅਤੇ ਅੱਜ ਪਤਾ ਨਹੀਂ ਕਿੱਦਾਂ ਸ਼ਾਂਤ ਬੈਠੇ ਆ, ਮੈਨੂੰ ਪਤਾ ਮੈਂ ਕਿੱਦਾਂ ਰੋਕੇ ਹੋਏ ਆ। ਅਤੇ ਜਦੋਂ ਮੈਂ ਇਹਨੂੰ ਸ਼ੁਰੂ ਕਰਨਾ, ਬਸ ਇਹਨਾਂ ਨੇ ਫਿਰ ਖਲਾਰਾ ਪਾ ਲੈਣਾ ਅਤੇ ਲੈ ਹਾਂ ਦੋਹੇ ਤੇਰੇ, ਚੱਲ ਆ ਵੀ ਲੈ ਆ ਤੇ। ਚਲੋ ਜੀ ਹੁਣ ਦੱਸੂਗੇ ਵੀ ਕਿੱਦਾਂ ਟੇਸਟੀ ਆ, ਠੀਕ ਹੈ। ਇੱਦਾਂ ਮਿਕਸ ਕਰਕੇ ਖਾ ਲੈਂਦੇ ਆਪਾਂ। ਕਲਮ ਵੀਰ ਟਿੱਕੀ ਸਵਾਦ ਹੈ? ਹਾਂਜੀ ਬਹੁਤ ਸਵਾਦ ਹੈ। ਮੇਰੇ ਤੈਨੂੰ ਵੀ ਸਵਾਦ ਲੱਗੇ ਟਿੱਕੀ? ਪਿੰਡ ਤੋਂ ਵੀ ਜ਼ਿਆਦਾ ਸਵਾਦ ਲੱਗੀ ਹੈ। ਸਵਾਦ ਹੈ, ਕਿੰਨੀ ਕੁ ਸਵਾਦ ਹੈ? ਬਹੁਤ ਸਵਾਦ ਹੈ। ਲਓ ਜੀ ਅਸੀਂ ਟਿੱਕੀਆਂ ਤਾਂ ਖਾ ਲਈਆਂ ਨੇ, ਤੇ ਕੰਨ ਵਿੱਚ ਤੈਨੂੰ ਕਿੱਦਾਂ ਲੱਗੀ ਟਿੱਕੀ? ਜਦੋਂ ਆਪਣੇ ਆਲੂਆਂ ਨੂੰ ਉਬਾਲ ਲਿਆ, ਆਲੂਆਂ ਨੂੰ ਉਬਾਲ ਕੇ ਉਹਨਾਂ ਨੂੰ ਕੱਦੂਕਸ ਕਰਕੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਗੁੰਨਣਾ ਹੈ ਚੰਗੀ ਤਰ੍ਹਾਂ, ਠੀਕ ਹੈ। ਉਹ ਜਿਸ ਤਰ੍ਹਾਂ ਆਟਾ ਹੁੰਦਾ ਉਸ ਤਰ੍ਹਾਂ ਮੁਲਾਇਮ ਹੋ ਜਾਵੇ। ਜੇ ਤੁਸੀਂ ਉਹਨਾਂ ਨੂੰ ਮੁਲਾਇਮ ਨਹੀਂ ਕਰੋਗੇ, ਜਦੋਂ ਤੁਸੀਂ ਤੇਲ ਦੇ ਵਿੱਚ ਪਾਉਂਗੇ ਤੇ ਉਹ ਖਿਲਰ ਜਾਣਗੀਆਂ। ਉਹਨੂੰ ਚੰਗੀ ਤਰ੍ਹਾਂ ਕੱਦੂਕਸ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਆਟੇ ਨੂੰ ਗੁੰਨ ਲੈਣਾ ਬਸ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਤੁਹਾਡਾ ਤੇਲ ਆ ਉਹ ਵੀ ਗਰਮ ਹੋਣਾ ਚਾਹੀਦਾ, ਉਹ ਤੇਲ ਗਰਮ 'ਚ ਪਾ ਕੇ
एक साइड पाल्टी दवा दे फिर दूजी साइड पाल्टी दवा देनी ठीक है जो ए पूरे ब्राउन जो हो जाए तो मैं तो बच्चों ठंडिया करके दती हैं ठीक है ठंडिया ठंडिया देना जो तुम मेरी इतने तक वीडियो देख ली है तो लाइक वाला बटन जरूर दब दो ठीक है उन्होंने कह दे क्या लाइक वाला बटन जरूर दब दो क्या जरूर दबो हाँ ते बहुत बहुत धन्यवाद जी थोड़ा मेरा वीडियो देखने वास्ते मिलते हैं किस हाँ कमेंट कमेंट जरूर करो कमेंट जरूर करो चलो जी मेरा बहुत बहुत धन्यवाद जी थोड़ा मेरा वीडियो देखने वास्ते मिलते हैं किसी अगली वीडियो के।